मैं तो दौड़ा ना फिर वाली मैं गोड्या मारन बक्खी दे विच सारीयां तैयारियां होईयां होईयां ने कहिंदे मैं ब्याह नहीं करवाउणा आ होई ना गल नचो 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 मेरा ब्याह वा नचो आ गल तेरी कद्दूआं दे नालों ज्यादा जरूरी आ मैं ना इस घर दा जवाई आ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪ੍ਰਾਹੁਣੇ ਨੇ ਗੱਡੀ ਲੈ ਕੇ ਆਉਣਾ ਜਗ੍ਹਾ ਪਹਿਲੀ ਰਿਜ਼ਰਵ ਚਾਹੀਦੀ ਹੈ ਇਸ ਵਾਰ ਨਾ ਕੁਝ ਵੀ ਇਹੋ ਜਿਹਾ ਨਾ ਕਰਿਓ ਜਿਹਦੇ ਕਰਕੇ ਮੰਮੀ ਤੇ ਵੀਰੇ ਨੂੰ ਨਾ ਸ਼ਰਮ ਆਵੇ ਕਿੰਨੀ ਸੋਹਣੀ ਸਜਾਵਟ ਕੀਤੀ ਹੈ ਇਹਨਾਂ ਨੇ ਕੀ ਹੋਇਆ ਤੁਸੀਂ ਇੱਥੇ ਰੁਕ ਗਏ ਆਓ ਚੱਲੀਏ ਸ਼ੈਲੀ ਤੂੰ ਮੈਨੂੰ ਕਿਹਾ ਸੀ ਨਾ ਵੀ ਤੁਸੀਂ ਕੁਝ ਬੋਲਣਾ ਨਹੀਂ ਮੈਂ ਨਹੀਂ ਬੋਲਦਾ ਪਰ ਇਹਨਾਂ ਨੂੰ ਚਾਹੀਦਾ ਨਹੀਂ ਸੀ ਵੀ ਪ੍ਰਾਹੁਣਾ ਆਇਆ ਸਵਾਗਤ ਕਰਨ ਉਹ ਇੰਨੀ ਉੱਚੀ ਤਾਂ ਡੀਜੇ ਲੱਗਿਆ ਹੋਇਆ ਉਹਨਾਂ ਨੂੰ ਕੀ ਸੁਪਨੇ ਹੁੰਦੇ ਆ ਵੀ ਆਪਾਂ ਆ ਗਏ ਥੋੜੀ ਜਿਹੀ ਅੱਗੇ ਤਾਂ ਚੱਲੋ ਤਾਂ ਹੀ ਉਹਨਾਂ ਨੂੰ ਪਤਾ ਲੱਗੂ ਅੱਛਾ ਹੁਣ ਮੈਂ ਪਹਿਲਾਂ ਆਪਣੇ ਆਪ ਨੂੰ ਦਿਖਾਵਾਂ ਵੀ ਮੈਂ ਆ ਗਿਆ ਆ ਕਹਿ ਕੂ ਕੇ ਸੇਵਾ ਮੇਤੋਂ ਨਹੀਂ ਕਰਾਈ ਜਾਂਦੀ ਉਹ ਤੁਹਾਨੂੰ ਕਹਿ ਕੇ ਸੇਵਾ ਕਰਵਾਉਣ ਨੂੰ ਕੌਣ ਕਹਿੰਦਾ ਤੁਸੀਂ ਹੁਣ ਫੇਰ ਸ਼ੁਰੂ ਹੋ ਗਏ ਚੱਲੋ ਚੱਲ ਆ ਗਿਆ ਮੇਰਾ ਪੁੱਤ ਆ ਜਾ ਹੋਰ ਜੀ ਜੀ ਕੀ ਹਾਲ ਉਹ ਮਾੜਾ ਜਿਹਾ ਪਿੱਛੇ ਹੋ ਕੇ ਖੜ ਆ ਪਸੀਨਾ ਦੇਖ ਤੈਨੂੰ ਕਿੰਨਾ ਆਇਆ ਹੋਇਆ ਸ਼ੈਲੀ ਮੈਂ ਨਾ ਮੂਹਰਲੇ ਕਮਰੇ 'ਚ ਬੈਠਾ ਇੱਥੇ ਸਾਰੇ ਪਸੀਨੇ ਨਾਲ ਭਿੱਜੇ ਹੋਏ ਨੇ ਮੈਨੂੰ ਸਮੈਲ ਆਉਂਦੀ ਹੈ ਸ਼ੈਲੀ ਮੈਨੂੰ ਲੱਗਦਾ ਇਹ ਨਹੀਂ ਸੁਧਰਿਆ ਇਹ ਪਹਿਲਾਂ ਤਾਂ ਪਹਿਲਾਂ ਵਰਗਾ ਹੀ ਰਿਹਾ ਨਹੀਂ ਨਹੀਂ ਮੰਮੀ ਇਹੋ ਜਿਹੀ ਗੱਲ ਨਹੀਂ ਇਹਨਾਂ ਨੂੰ ਨਾ ਵੈਸੇ ਹੀ ਸਮੈਲ ਚੜ੍ਹਦੀ ਹੋਣੀ ਆ ਨਾਲੇ ਤੁਸੀਂ ਨਾ ਮੂਹਰਲੇ ਕਮਰੇ 'ਚ ਆ ਕੇ ਇਹਨਾਂ ਨੂੰ ਮਿਲੋ ਅਤੇ ਜੀਜਾ ਜੀ ਹੁਣੀ ਇਹਨੂੰ ਵੀ ਕਹਿ ਦਿਓ ਵੀ ਉਹ ਵੀ ਆ ਕੇ ਮਿਲ ਲੈਣਗੇ ਕੋਈ ਨਾ ਪੁੱਤ ਮੈਂ ਕਹਿੰਦੀ ਹਾਂ ਮਨਪ੍ਰੀਤ ਪੁੱਤ ਉੱਧਰ ਨਵਾਂ ਜਵਾਈ ਆ ਗਿਆ ਉਹਨੂੰ ਜਾ ਕੇ ਮਿਲ ਲਓ ਗੁਰਚਰ ਨਾਲੇ ਤੂੰ ਵੀ ਆ ਜਾ ਪੁੱਤ ਪ੍ਰਾਹੁਣਾ ਆ ਗਿਆ हाँ मम्मी कोई गल नहीं चल मनप्रीत मिल ली आपां उन्हां नूं ਉਹ ਵਾਹ ਸਾਡੂਆ ਆ ਫੁੱਲਾਂ ਵਾਲੀ ਸ਼ਰਟ ਲਾਲ ਪੱਗ ਬੜੀ ਟੌਰ ਕੱਢੀ ਆ ਪਹੁੰਚ ਗਿਆ ਫਿਰ ਓ ਵਧੀਆ ਤੂੰ ਸੁਣਾ ਕਿਵੇਂ ਐ ਐ ਕਰੋ ਤੁਸੀਂ ਬੈਠੋ ਮੈਂ ਕੁਝ ਖਾਣ ਨੂੰ ਲੈ ਕੇ ਆਉਣੀ ਆ ਓ ਬਹਿ ਜਾ ਸਾਡੂ ਆ ਖੜਾ ਕਿਉਂ ਐ ਥੱਕ ਜਾਏਗਾ ਓ ਲੈ ਥੱਕਣਾ ਥੋੜੀ ਆ ਅੱਜ ਤਾਂ ਦੁੱਗਣਾ ਜੋਸ਼ ਆਇਆ ਪਿਆ ਸਾਲੇ ਦੇ ਵਿਆਹ ਦਾ ਚੱਲ ਵਧੀਆ ਜੋਸ਼ ਦਿਖਾਉਣਾ ਵੀ ਚਾਹੀਦਾ ਤਾਂ ਹੀ ਉਮਰ ਲੁਕੂਗੀ ਜੀਜੇ ਜੀ ਤੁਸੀਂ ਤਾਂ ਸਾਨੂੰ ਐਂ ਕਹਿੰਦੇ ਹੋ ਜਿਵੇਂ ਅਸੀਂ ਬੁੜੇ ਹੋ ਗਏ ਹੁੰਨੇ ਆ ਉਹ ਸਾਨੂੰ ਉਮਰ ਲੁਕਾਉਣ ਦੀ ਲੋੜ ਨਹੀਂ ਇੰਨੇ ਵੀ ਅਸੀਂ ਬੁੜੇ ਨਹੀਂ ਹੋਏ ਚੱਲ ਛੱਡ ਤਾਂ ਦੇਖਣ ਤੋਂ ਹੀ ਪਤਾ ਲੱਗਦਾ ਨਾ ਬਈ ਸਾਰੀ ਪੀ ਗਏ ਸਾਰੀ ਬੋਤਲ ਖਾਲੀ ਕਰਤੀ ਤੁਸੀਂ ਪਿਆਸ ਲੱਗੀ ਸੀਗੀ ਮੈਂ ਪੀ ਗਿਆ ਇਹ ਚ ਕੀ ਆ ਉਧਰ ਨਾ ਛੋਟਾ ਪ੍ਰਾਹੁਣਾ ਆਇਆ ਬੈਠਾ ਤੇ ਇਹ ਬੋਤਲ ਨਾ ਮੈਂ ਸਪੈਸ਼ਲ ਪ੍ਰਾਹੁਣੇ ਵਾਸਤੇ ਰੱਖੀ ਸੀ ਲੱਗ ਹੋਰ ਪਈ ਹੋਣੀ ਆ ਤੂੰ ਹੋਰ ਦੇ ਦੇ ਯਾਰ ਮੈਂ ਹੈਰਾਨ ਆ ਕਿਵੇਂ ਕੋਕ ਪਿੱਛੇ ਮੈਨੂੰ ਬੋਲਣ ਲੱਗੀ ਹੋਈ ਆ ਉਹ ਗੱਲ ਕੋਕ ਦੀ ਨਹੀਂ ਹੈਗੀ ਸਾਰੀਆਂ ਬੋਤਲਾਂ ਚੱਕਦੀਆਂ ਆਏ ਗਏ ਨੇ ਕੁਛ ਨਹੀਂ ਛੱਡਿਆ ਪੀ ਗਏ ਸਾਰਾ ਕੁਛ ਆ ਇੱਕ ਬੋਤਲ ਸੀ ਬਚਾ ਕੇ ਰੱਖੀ ਮੈਂ ਪ੍ਰਾਹੁਣੇ ਵਾਸਤੇ ਇੱਕ ਬੋਤਲ ਕਿਵੇਂ ਬਚ ਜੂਗੀ ਯਾਰ ਮੈਂ ਘੱਟੋ ਘੱਟ 3 ਪੇਟੀਆਂ ਮੰਗਾਈਆਂ ਨੇ ਹੁਣ ਇੱਕ ਬੋਤਲ ਦੇ ਪਿੱਛੇ ਮਗਰ ਪਏ ਹੋਏ ਹੋ 3 ਪੇਟੀਆਂ 'ਚੋਂ ਨਾ ਕੋਈ ਬੋਤਲ ਨਹੀਂ ਹੈਗੀ ਆਪਣੇ ਆਪ ਦੇਖ ਲਓ ਆਹੀ ਇੱਕ ਸੀਗੀ ਉਹ ਵੀ ਪੀ ਗਏ ਹੁਣ ਮੈਂ ਕੀ ਲੈ ਕੇ ਜਾਵਾਂ ਪ੍ਰਾਹੁਣੇ ਵਾਸਤੇ ਮੈਂ ਗਲਤੀ ਕਰ ਲਈ ਸਭ ਤੋਂ ਵੱਡੀ ਉਹ ਜੀਤ ਹਲਵਾਈ ਕਰ ਲੈਂਦਾ ਮੈਂ ਸੌਖਾ ਰਹਿੰਦਾ ਮੈਂ ਆਹ ਹਲਵਾਈ ਕਰਕੇ ਪਛਤਾਈ ਜਾਂਦਾ ਸਾਲਾ ਹਰੇਕ ਚੀਜ਼ 'ਚ ਕੁੰਡੀ ਮਾਰੀ ਜਾਂਦਾ ਪਹਿਲਾਂ ਕੱਦੂਆਂ 'ਚ ਕੁੰਡੀ ਮਾਰ ਗਿਆ ਸਾਲਾ ਹੁਣ ਕੋਲਡ ਡਰਿੰਕ ਦੇ ਵਿੱਚ ਵੀ ਕੁੰਡੀ ਮਾਰ ਗਿਆ
ਇਕਲ ਤੁਸੀਂ ਹਰ ਗੱਲ 'ਚ ਕੱਦੂ ਲੈ ਕੇ ਬਹਿ ਜਾਂਦੇ ਹੋ, ਹੁਣ ਮੈਨੂੰ ਇਹ ਦੱਸੋ ਪ੍ਰਾਹੁਣੇ ਨੂੰ ਮੈਂ ਕੀ ਲੈ ਕੇ ਜਾਵਾਂ, ਨਾਲੇ ਪਤਾ ਤੁਹਾਨੂੰ ਉਹਦੇ ਸੁਭਾਅ ਦਾ। ਪ੍ਰਾਹੁਣੇ ਨੂੰ ਨਿੰਬੂ ਪਏ ਆ, ਤੁਹਾਨੂੰ ਲੱਗਦਾ ਉਹ ਪੀਊਗਾ ਨਿੰਬੂ ਪਾਣੀ? ਯਾਰ ਫਿਰ ਹੁਣ ਕੀ ਲੈ ਕੇ ਆਉਣਾ, ਜਾਂ ਫਿਰ ਐਂ ਕਰਦਾ ਮੈਂ ਦੋ ਬੋਤਲਾਂ ਮਾਰਕੀਟ 'ਚੋਂ ਫੜ ਲਿਆਉਂਦਾ ਔਖਾ ਸੌਖਾ। ਉਹ ਤਾਂ ਲੈ ਕੇ ਆਉਣੀ ਪੈਣੀ ਹੈ ਜੀ, ਨਹੀਂ ਆਉਣੇ ਨਹੀਂ ਬਖਸ਼ਣਾ, ਉਹਨੇ ਕਹਿਣਾ ਆਏ ਨੂੰ ਮੈਨੂੰ ਕੋਕ ਵੀ ਨਹੀਂ ਪੁੱਛੀ। ਪ੍ਰਾਹੁਣੇ ਤੋਂ ਯਾਰ ਦੁਖੀ ਹੋਇਆ ਪਿਆ ਮੈਂ। ਹੋਰ ਸੁਣਾ ਸਾਡੂਆ, ਗੱਡੀ ਗੁੱਡੀ ਲੈ ਲਈ ਕਿ ਹਜੇ ਵੀ ਉਹੀ ਚੇਤਕ ਚੱਲਦਾ? ਯਾਰ ਫਿਲਹਾਲ ਤਾਂ ਸਾਡਾ ਉਹ ਚੇਤਕ ਹੀ ਗੱਡੀ ਆ, ਬਾਕੀ ਮਾਲਕ ਦੇ ਰੰਗਾਂ ਦਾ ਕੁਛ ਪਤਾ ਵੀ ਨਹੀਂ, ਕੀ ਪਤਾ ਗੱਡੀ ਆ ਹੀ ਜਾਵੇ। ਬਸ ਤੁਸੀਂ ਵੀ ਮਾਲਕਾਂ ਦੇ ਸਿਰ ਤੋਂ ਹੀ ਹੋ, ਆਪ ਵੀ ਕੁਛ ਕਰਨਾ ਪੈਂਦਾ ਹੁੰਦਾ, ਗੱਡੀ ਨਾ ਪੈਸਿਆਂ ਨਾਲ ਆਉਂਦੀ ਹੈ। ਉਹ ਕੀ ਗੱਲ ਮੂੰਹ ਬਣਾ ਲਿਆ? ਉਹ ਮੈਂ ਤਾਂ ਐਂ ਕਹਿਣਾ ਪੈਸੇ ਪੂਸੇ ਢਿੱਲੇ ਕਰ, ਗੱਡੀ ਲੈ ਲੈ ਹੁਣ। ਉਹ ਚੱਲ ਪੈਸੇ ਵੀ ਕੱਢ ਲਾਂਗੇ, ਉਹਨੂੰ ਛੱਡ ਤੂੰ ਹਜੇ, ਚੱਲ ਮਹਿਫਲ ਲਾਈਏ, ਉਹ ਡੀਜੇ ਲੱਗਿਆ, ਭੰਗੜਾ ਭੁੰਗੜਾ ਪਾ ਲਈਏ ਥੋੜ੍ਹਾ ਜਿਹਾ। ਉਹ ਪਾ ਲੈਂਦੇ ਹਾਂ ਭੰਗੜਾ ਵੀ, ਭੰਗੜਾ ਪਾਉਣ ਜੋਗਾ ਕਰਤਾ ਦਿਓ ਪਹਿਲਾਂ। ਸਾਡੂਆ ਵਿਆਹ ਵੈਸ਼ਨੂ ਆ। ਉਹ ਮੇਰੇ ਕਹਿਣਾ ਮਤਲਬ ਉਹ ਨਹੀਂ, ਮੈਂ ਤਾਂ ਕਹਿਣਾ ਸੀ ਚਾਹ ਚੂ ਪਿਲਾ ਦਿਓ, ਨੀਂਦ ਆਈ ਜਾਂਦੀ ਹੈ। ਉਹ ਅੱਛਾ ਉਹ ਆਉਂਦੀ ਆ ਚਾਹ, ਉਹ ਮਿੰਦੋ ਚਾਹ ਲੈਣੀ ਗਈ ਹੋਈ ਆ। ਕੀ ਹੋਇਆ? ਵੈਸੇ ਜੋ ਤੂੰ ਪਹਿਲਾਂ ਸਮਝਿਆ ਸੀ ਨਾ ਗੱਲ, ਮੈਂ ਉਸੇ ਦੀ ਕਰਦਾ ਸੀ। ਓ ਮੰਮੀ ਉਧਰ ਮਾਸੀ ਬੁਲਾਉਂਦੇ ਤੁਹਾਨੂੰ, ਜਾਇਓ ਮਾੜਾ ਜਿਹਾ। ਮਾਸੀ ਆ ਗਏ ਹੋ? ਹਾਂਜੀ। ਨਾਲੇ ਤੂੰ ਆਪਣਾ ਕੋਟ ਪੈਂਟ ਲੈ ਆਇਆ? ਹਾਂ ਹਾਂ ਮੰਮੀ ਲੈ ਆਂਦਾ ਕੋਟ ਪੈਂਟ, ਬਹੁਤ ਘੈਂਟ ਆ। ਚੱਲ ਸ਼ੁਕਰ ਆ ਤੇਰੇ ਕੋਟ ਪੈਂਟ ਦਾ ਵੀ ਕੰਮ ਨਿਬੜਿਆ। ਓ ਜੀਜਾ ਜੀ ਆ ਗਏ ਤੁਸੀਂ, ਮੈਂ ਤਾਂ ਤੁਹਾਨੂੰ ਦੇਖਿਆ ਹੀ ਨਹੀਂ। ਤੈਨੂੰ ਸਾਰਿਆਂ ਹੁਣ ਮੈਂ ਕਾਹਨੂੰ ਦੇਣਾ, ਤੈਨੂੰ ਤਾਂ ਵਿਆਹ ਹੀ ਦਿੰਦਾ। ਨਹੀਂ ਨਹੀਂ ਜੀਜਾ ਜੀ ਉਹ ਐਕਚੁਲੀ ਕੰਮਾਂ ਕਾਰਾਂ 'ਚ ਮੈਂ ਉਲਝਿਆ ਹੋਇਆ ਨਾ, ਪ੍ਰਾਹੁਣੇ ਪ੍ਰਾਹੁਣੇ ਹੋਏ ਨੇ ਤਾਂ ਕਰਕੇ ਮੈਂ ਦੇਖਿਆ ਨਹੀਂ। ਅੱਛਾ ਪ੍ਰਾਹੁਣੇ ਦੇਖਦਾ ਨਾ, ਮੇਰੇ ਤੋਂ ਖਾਸ ਪ੍ਰਾਹੁਣਾ ਕਿਹੜਾ ਹੋਇਆ ਤੁਹਾਡਾ? ਜੀ ਤੁਹਾਡੇ ਤੋਂ ਸਪੈਸ਼ਲ ਦੱਸੋ ਕੋਈ ਹੋ ਸਕਦਾ, ਜੇ ਬਾਕੀ ਸਾਰੇ VIP ਨੇ ਤਾਂ ਤੁਸੀਂ VVIP ਹੋ, ਤਾਂ ਹੀ ਤਾਂ ਤੁਹਾਡਾ ਕਾਰਡ 'ਤੇ ਸਪੈਸ਼ਲ ਨਾਮ ਲਿਖਵਾਇਆ। ਚੱਲ ਆਹ ਕੰਮ ਤਾਂ ਤੁਸੀਂ ਵਧੀਆ ਕੀਤਾ। ਹਾਂਜੀ ਮੰਮੀ ਤੁਸੀਂ ਜਾਓ, ਤੁਸੀਂ ਬੈਠੇ ਹੋ, ਮਾਸੀ ਜੀ ਉਡੀਕਦੇ ਨੇ ਤੁਹਾਨੂੰ। ਹੁਣ ਤੁਸੀਂ ਕੀ ਗੇੜੇ ਜੇ ਕੱਢੀ ਜਾਂਦੇ ਹੋ, ਜਾਂਦੇ ਕਿਉਂ ਨਹੀਂ, ਜਾ ਕੇ ਲੈ ਆਓ ਹੁਣ। ਮੈਂ ਕਿੱਦਾਂ ਜਾਵਾਂ ਹੈ, ਪੈਦਲ ਜਾਵਾਂ ਮੈਂ ਇੰਨੀ ਦੂਰ? ਸਕੂਟਰ ਲੈ ਕੇ ਗਿਆ ਹੋਇਆ ਮੇਰਾ ਕੋਈ, ਤੇ ਸਾਰਾ ਮੈਨੂੰ ਪਤਾ ਹੀ ਨਹੀਂ ਕੌਣ ਲੈ ਕੇ ਗਿਆ ਹੋਇਆ। ਨਾ ਆਏ ਕਿਵੇਂ ਕਿਸੇ ਨੂੰ ਚਾਬੀ ਫੜਾ ਦਿੱਤੀ ਤੁਸੀਂ? ਉਹ ਯਾਰ ਮੇਰੀ ਚਾਬੀ 10 ਥਾਂ 'ਤੇ ਘੁੰਮਦੀ ਪਈ ਆ ਇਸ ਟਾਈਮ। ਦਿਓ ਜੀ ਬਰਫ ਲੈ ਕੇ ਆਉਣੀ ਆ, ਆ ਦਿਓ ਜੀ ਮੇਰੇ ਕੱਪੜੇ ਦਿੱਤੇ ਹੋਏ ਨੇ ਪ੍ਰੈਸ ਕਰਨੇ, ਉਹ ਲੈ ਕੇ ਆਉਣੇ ਆ। ਉਹ ਜਿਹੜਾ ਬਰਫ ਲੈਣ ਗਿਆ ਹੋਊਗਾ ਨਾ ਉਹਨੂੰ ਹੀ ਫੋਨ ਕਰ ਦਿਓ। ਫਿਰ ਤੁਸੀਂ ਇੱਥੇ ਕੀ ਕਰੀ ਜਾਂਦੇ ਆ, ਉਧਰ ਤੇਰੀ ਮਾਸੀ ਬੈਠੀ ਆ, ਮਾੜਾ ਮੋਟਾ ਠੰਡਾ ਲੈ ਆਓ, ਨਾਲੇ ਪ੍ਰਾਹੁਣਾ ਬੈਠਾ ਉਹਨੂੰ ਮਿਲਣਾ ਨਹੀਂ, ਜੇ ਉਹ ਚੜ ਗਿਆ ਫਿਰ। ਚੜਦਾ ਚੜ ਜਾਵੇ ਫਿਰ, ਸਾਲਾ ਜਿਹੜਾ ਹੁੰਦਾ ਮੇਰੇ 'ਤੇ ਚੜ੍ਹੀ ਜਾਂਦਾ ਯਾਰ। ਉਹ 10 ਬੰਦਾ ਆ ਮੈਂ, ਸੋਫਾ ਥੋੜ੍ਹੀ ਆ, ਜਿਹੜਾ ਹੁੰਦਾ ਮੈਨੂੰ ਬੋਲੀ ਜਾਂਦਾ। ਉਹ ਮੈਂ ਲੈ ਕੇ ਆਵਾਂ ਯਾਰ, ਉਹ ਮੈਂ ਆਪਣੇ ਵੱਲੋਂ ਪੂਰਾ ਇੰਤਜ਼ਾਮ ਕਰਕੇ ਰੱਖਿਆ, ਹੁਣ ਤੂੰ ਮਾਸੀ ਦੀ ਟੈਨਸ਼ਨ ਦੇ ਦੇ। ਮਾਸੀ ਨੂੰ ਵੀ ਠੰਡਾ ਮੈਂ ਹੀ ਲੈ ਕੇ ਆਵਾਂ, ਉਹ ਸਾਰੇ ਕੰਮ ਮੈਂ ਹੀ ਕਰਾਂ, ਤੁਹਾਡੇ ਆਪ ਦੇ ਸਿਰ 'ਤੇ ਕੋਈ ਹੈ ਨਹੀਂ ਕੀ ਬਟਨ। ਹਾਏ ਤੁਹਾਨੂੰ ਇੰਨੀ ਟੈਨਸ਼ਨ ਪੈ ਗਈ, ਇਹਨਾਂ ਤਾਂ ਜੀਭ ਵੀ ਤਤਲਾਉਣ ਲੱਗ ਗਈ। ਉਹ ਬਟਨ ਨਹੀਂ ਹੁੰਦਾ, ਬਰਡਨ ਹੁੰਦਾ। ਮੰਮੀ ਆਪਾਂ ਐਂ ਕਰਦੇ ਹਾਂ, ਆਪਾਂ ਦੋਨੇ ਜਣੇ ਤੁਰ ਕੇ ਚੱਲਦੇ ਹਾਂ, ਠੰਡਾ ਲੈ ਕੇ ਆਉਂਦੇ ਹਾਂ, ਫਿਰ ਠੀਕ ਆ? ਹਾਂ ਬਹੁਤ ਵਧੀਆ, ਕੱਢ ਦਿਓ ਮੇਰਾ ਨਾਮ ਜਿੰਨਾ ਕੱਢ ਹੁੰਦਾ। ਮਗਲੇ ਕਹਿਣਗੇ ਬਈ ਬੰਦੇ ਤੋਂ ਇੰਤਜ਼ਾਮ ਹੀ ਨਹੀਂ ਸਹੀ ਤਰੀਕੇ ਨਾਲ ਹੋਇਆ, ਜਨਾਨੀਆਂ ਨੂੰ ਕੰਮ ਤੋਰਿਆ ਹੋਇਆ, ਕਰਾ ਦਿਓ ਮੇਰੀ ਬੇਇੱਜ਼ਤੀ। ਹੁਣ ਪ੍ਰਾਹੁਣਾ ਕੀ ਕਹਿੰਦਾ ਮੈਨੂੰ ਦੱਸੋਗੇ? ਉਹ ਪ੍ਰਾਹੁਣੇ ਨੇ ਕੀ ਕਹਿਣਾ, ਉਹ ਤਾਂ ਜਿਹੜਾ ਕੁਛ ਹੈਗਾ ਕਹੀ ਜਾਂਦਾ, ਆਪਾਂ ਤਾਂ ਸੁਣੀ ਜਾਂਦੇ ਹਾਂ। ਵਧੀਆ ਸੁਣੀ ਜਾ, ਮੈਂ ਇਸੇ ਕਰਕੇ ਨਹੀਂ ਗਿਆ ਮਿਲਣ ਉਹਨੂੰ, ਵਿਚਰ ਜੂਗਾ, ਵਿਚਰ ਤਾਂ ਵਿਚਰੀ ਜਾਵੇ ਪਰ ਸੁਣ ਮੇਰੇ ਤੋਂ ਨਹੀਂ ਹੁੰਦੀਆਂ। ਪੁੱਤ ਪ੍ਰਾਹੁਣਾ ਆਪਾਂ ਕੁੜੀ ਵਾਲੇ ਹਾਂ, ਸੁਣਨੀਆਂ ਤਾਂ ਪੈਣਗੀਆਂ, ਨਹੀਂ ਸਾਰਾ ਵਿਆਹ ਖਰਾਬ ਕਰੂ। ਖਰਾਬ ਕਰੀ ਤਾਂ ਜਾਂਦਾ, ਆਉਂਦੇ ਸਾਰ ਹੀ ਬੜੇ ਜੀਜੇ ਨੂੰ ਉਹਨੇ ਹਟਾ ਲਿਆ ਨੱਚਣ ਤੋਂ, ਇੰਨੇ ਵਧੀਆ ਇੰਜੋਏ ਕਰਦੇ ਪਏ ਸੀਗੇ। ਮੇਰੇ ਪਿੱਛੇ ਪਿੱਛੇ ਆ ਜਾਓ, ਮੇਰਾ ਪਤਾ ਲੈ ਲਓ,
पता लेनू कहां भी ब्याह दे विच तू आया ना वीवीआईपी गेस्ट। ओ होली बोल लो, ओदे कान पता किन्ने तेज आ, जे सुन लिया ना ओने ओदी पड़तू पा दू ते तुसी पे जीजे जी मैं ऐ करदे फिरदे हुन्ने हो। कर ला मस्करियां जिहड़ियां करनियां ने, जीजा जी मैं मैनू ना करना पवे ना, इसे करके मैं ओदे मूहरे नहीं जांदा, क्योंकि मैनू पता जे मैं ओदे मूहरे चलिया गया उहने कोई ना कोई इहो जी गल कर देनी आ, मेरे तो रिहा नहीं जाणा, मैं बोल पैणा, जे मैं बोल पिया फिर कम च कड़ामा ऑलरेडी पै जाणा, इसे करके मैं तो दूर ही ठीक हाँ। तो मम्मी लगता थोड़ा मुंडा हिल गया, ये पंजाबी च अंग्रेजी बोली जाता, ये तो बोली पता नहीं की जाता, और जे तू परौने तो दूर रहेगा लोगों को पता नहीं लगेगा। तो हूँ तो बड़े थोड़े झंडे झूलते ने गे, सारे लोगों को पता ही आ भी परौना कहे जा आंदा, बाद च टेंशन पहला दे दिंदा, हूँ भी देख ली कोई ना कोई टेंशन उन्हें खड़ी कर ही देनी है। मैं तो बस समा देखना भी वो टेंशन किहड़े वेले आउंदी है ते कहे जी आउंदी है। होर सुनाओ जीजा जी, थोनू पता मैं थोनू सवेर दा डीकी जाना, थोड़े करके मैं रोटी नहीं खाधी, भी छोटे जीजा जी आएंगे मैं उन्होंने नाल रोटी खाऊंगा। मेरे नाल काते रोटी खानी है, मेरे नाल तेरी भैन रोटी खाती है, वह घट नहीं, तू साला है मेरा, साली ना बन। नहीं नहीं जीजा जी, तुसी होर पास ही गल हैगी, मैनू ना समझा, मैनू सब पता है, थले ना गड्डी खड़ी है आला चाबी, ना तो झुट्टे ची चक ली, नाले गिफ्ट पे ने, नाले मेरा कोट पेंट पे चक लिया उपर। जीजा जी मैं लेके आवां आ तो धक्का ना जीजा जी, फिर ब्याह वाला मुंडा मैं समान चकदा चंगा लगदा जी। जे ब्याह वाला मुंडा तू मेरा समान नहीं चकेगा ओए, जा लेके आ समान। ओ चल कोई ना अमर, समान ही है थोड़ा जा आपां चक लैने, मैं चलदा नाल तेरे। देखिया इहनू कहिंदे आ बंदा जिहनू हुक्म मन्नण दी आदत पई होवे ना, आए जांदा। ओ इहनां ने खाण पीण दा प्रबंध किता कि नहीं, कि भुख ही मारना है? हाँ हाँ किता होया, तुसी दसो की खाना, मैं हुणे लिया दिंदी आ। तेरे लिआउण वाली कोई चीज़ नहीं हैगी। हाँ बई किता कोई इंतजाम क नहीं? हाँ हाँ जीजा जी सारा इंतजाम किया हो, तुम दसो की खाना, पकौड़े मंचूरियन स्प्रिंग रोल फ्रेंच फ्राइज सारा कुछ हैगा जी। ओए ये सारिया चीज़ा तो वो नाल चाहदिया ने, लगी समझ क नहीं? वो छोटे भीर मैं तेनों पहला भी कहा सी, इन्हों का विह वैष्णु तो सोफी आ, खाण पीन वाला इन्हों कोई रवाज नहीं। वो जो वैष्णु है तो फिर मैं की करा, मेरे लिए तो यह ब्याह सुक्का। जीजा जी गुस्सा ना करो, आ दारू मीट मुर्गा ना अपने घर कदे आया नहीं, तो ना ही आप आन देना, तुसी होर हुक्म करो, थोड़ी हर गल सिर मत्थे पर आ नहीं। तो फिर मैं भी इतने की करना, जब मेरी कोई सेवा ही नहीं होनी, मैं भी जाना फिर। मेरी गल तो सुनो जीजा जी। अमर वीरे तेरा ब्याह खराब हो जाना, तू किते इन्हनु साइड ते बिठा के दो पैगी लवा दे। ओ दीदी तेरा दिमाग ठीक आ, जेड़ा कुछ अपने घरे अज तक होया नहीं मैं ओ करा, जे देवबीर नु पता लग गया ना उन्हें मेरी लत्तां तोड़ देनियां। देवबीर नु मैं आपे समझा दूंगी, तू एदा कोई हिला कर दे। हुण तुसी की चाहुंदे हो, भी मैं जावां ठेके ते उथों खरीदा शराब ते लिया के इहनु पैग बना के पलावां? हां हथ जोड़दा भैणे आ मेथों नहीं होना, और जे किसी ने मैनू देख लिया तो अपने परिवार बारे की सोचू, और मेथों नहीं आ कुछ होना, मैं चला। अमरा